ਇਹਦੇ ਵਿੱਚ ਪਾਉਂਦੇ ਆਪਾਂ ਖਸਖਸ, ਬਦਾਮ, ਕਾਲੀ ਮਿਰਚ, ਹਰੀ ਇਲਾਚੀ, ਸੌਂਫ, ਕਾਜੂ, ਮਗਜ, ਗੁਲਾਬ ਦੇ ਫੁੱਲ ਦੀਆਂ ਪੱਤੀਆਂ, ਸ਼ੱਕਰ, ਦੁੱਧ ਔਰ ਨਿੰਮ ਦੀ ਲੱਕੜ, ਪੱਥਰ, ਲੋਹਾ, ਇਹ ਸਭ ਚੀਜ਼ਾਂ ਪਾ ਕੇ ਜਿਹੜਾ ਇਹ ਸ਼ਰਦਾਈ ਦਰਜ ਕੀਤੀ ਜਾਂਦੀ ਹੈ। ਇਹ ਸ਼ਰਦਾਈ ਆਪਣੇ ਦਿਮਾਗ ਨੂੰ ਬਹੁਤ ਤੇਜ਼ ਕਰਦੀ ਹੈ, ਤਾਕਤ ਦਿੰਦੀ ਆ ਔਰ ਯਾਦਾਂ ਬਹੁਤ ਤੇਜ਼ ਹੁੰਦੀ ਆ। ਹੱਡੀਆਂ ਦੇ ਜਿਹੜੇ ਆਪਾਂ ਕਹਿੰਦੇ ਵੀ ਕੈਲਸ਼ੀਅਮ ਦੀ ਕਮੀ ਹੋ ਗਈ, ਹੱਡੀਆਂ ਦੇ ਜੋੜ ਲੁਕਦੇ ਆਪਣੇ, ਹੱਡੀਆਂ ਦੇ ਕੈਲਸ਼ੀਅਮ ਪੂਰੇ ਕਰਦੀ ਆ ਔਰ ਵਾਈ ਨੂੰ ਖਤਮ ਕਰਕੇ ਜੋੜਾਂ ਦੇ ਦਰਦ ਦੂਰ ਕਰਦੀ ਆ ਔਰ ਲੀਵਰ ਦੀ ਗਰਮੀ ਕਹਿ ਲਈਏ ਕੁੱਲ ਮਿਲਾ ਕੇ ਸੌਰ ਉਦਾਂ ਦੀ ਇੱਕ ਦਵਾਈ ਨਹੀਂ, ਲਾਲ ਪੱਥਰ ਹੋਈ ਇਹ ਸਰਲੋ ਦਾ ਕੰਮ ਕਰਦਾ ਆ, ਆਇਰਨ ਦੀ ਕਮੀ ਪੂਰੀ ਕਰਦਾ ਆ, ਇੱਕ ਠੰਡਕ ਹੁੰਦਾ ਵਾ। ਇਹ ਚੀਜ਼ ਤਾਂ ਪੰਦੂ ਤਾਂ ਹੋ ਗਏ ਆ ਕਿ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ, ਇਹ ਮਿਹਨਤ ਮੰਗਦੀ ਆ ਔਰ ਮਹਿੰਗੀ ਚੀਜ਼ ਆ, ਇੱਕ ਖਰਚਾ, ਦੂਜਾ ਸਰੀਰ ਦੀ ਜਿਹੜੀ ਆ ਇਹ ਟਾਈਮ ਮੰਗਦੀ ਆ ਤੇ ਇੱਕ ਮਿਹਨਤ ਮੰਗਦੀ ਆ। ਫਾਇਦੇ ਇਹਦੇ ਪੀ ਕੇ ਭਾਜੀ ਐਨਰਜੀ ਬਹੁਤ ਆਉਂਦੀ ਆ, ਆਪਾਂ ਤਾਂ ਜਦੋਂ ਅੰਮ੍ਰਿਤਸਰ ਆਈਦਾ ਇੱਥੋਂ ਪੀ ਕੇ ਜਾਈਦੀ। ਸਤਿ ਸ਼੍ਰੀ ਅਕਾਲ, ਜ਼ੂਮ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਦੀਪ ਸਿੰਘ ਬਹੁਤ ਸਵਾਗਤ ਕਰਦਾ ਹਾਂ। ਇਸ ਵੇਲੇ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮੌਜੂਦ ਆ, ਜਿੱਥੇ ਅੱਜ ਮਲਾਨ ਜਾ ਰਹੇ ਹਾਂ, ਤੁਹਾਨੂੰ ਪਲਾਨ ਜਾ ਰਹੇ ਹਾਂ ਠੰਡੀ ਮੱਠੀ ਸ਼ਰਦਾਈ, ਕਿਉਂਕਿ ਜੇਕਰ ਗੱਲ ਕਰੀਏ ਤਾਂ ਗਰਮੀਆਂ ਦੇ ਦਿਨ ਨੇ ਹਰ ਕੋਈ ਗਰਮੀ ਤੋਂ ਰਾਹਤ ਦੇ ਲਈ ਠੰਡੀਆਂ ਚੀਜ਼ਾਂ ਵੱਲ ਜਾਂਦਾ, ਜੇਕਰ ਗੱਲ ਕਰੀਏ ਤਾਂ ਉਹ ਪਦਾਰਥਾਂ ਵੱਲ ਜਿਵੇਂ ਕੋਲਡ ਡਰਿੰਕ ਹੈ, ਜੋ ਸਾਡੇ ਸਰੀਰ ਲਈ ਬਹੁਤ ਨੁਕਸਾਨਦਾਇਕ ਹੈ। ਹਾਲਾਂਕਿ ਅੰਗਰੇਜ਼ਾਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਵੀਡੀਓ ਬਣਾ ਬਣਾ ਕੇ ਦੱਸਦੇ ਨੇ ਇਹ ਕੈਮੀਕਲ ਭਰੀਆਂ ਚੀਜ਼ਾਂ ਨੇ, ਇਸ ਦੇ ਨਾਲ ਚਿੱਟੀਆਂ ਚੀਜ਼ਾਂ ਸਾਫ਼ ਕੀਤੀਆਂ ਜਾਂਦੀਆਂ ਨੇ, ਆਪਣੇ ਬਾਥਰੂਮ ਸਾਫ਼ ਕੀਤੇ ਜਾਂਦੇ ਨੇ, ਆਪਣੀਆਂ ਜਿਹੜੀਆਂ ਟਾਇਲਾਂ ਨੇ ਉਹ ਸਾਫ਼ ਕੀਤੀਆਂ ਜਾਂਦੀਆਂ ਨੇ, ਤੇ ਉਹ ਸਾਡੇ ਪੰਜਾਬੀ, ਸਾਡੇ ਭਾਰਤੀ ਉਹ ਅੱਜ ਪੀਣ ਲੱਗ ਗਏ ਨੇ। ਪਰ ਸਾਨੂੰ ਚੰਗੀਆਂ ਚੀਜ਼ਾਂ ਤੋਂ ਜੇਕਰ ਠੰਡ ਨਾ ਗਰਮੀ ਤੋਂ ਰਾਹਤ ਮਿਲਦੀ ਹੈ, ਠੰਡਕ ਮਿਲਦੀ ਹੈ, ਤਾਂ ਅਸੀਂ ਉਹਦੇ ਵੱਲ ਜਾਣਾ ਜ਼ਿਆਦਾ ਜਿਹੜਾ ਪ੍ਰੈਫਰ ਕਰਾਂਗੇ। ਸੋ ਮਿਲਾਉਂਦੇ ਹਾਂ ਤੁਹਾਨੂੰ ਨਿਹੰਗ ਸਿੰਘ ਜੋੜੇ ਦੇ ਨਾਲ, ਜਿਨ੍ਹਾਂ ਵੱਲੋਂ ਕੰਪਨੀ ਬਾਗ ਦੇ ਵਿੱਚ ਸ਼ਰਦਾਈ ਜਿਹੜੀ ਆ ਲਗਾਈ ਜਾਂਦੀ ਹੈ। ਤਾਂ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਐਸੇ ਨਿਹੰਗ ਸਿੰਘ ਹੈਗੇ ਨੇ, ਲੋਕ ਹੈਗੇ ਨੇ ਜੋ ਇੱਥੇ ਸ਼ਰਦਾਈ ਲਾਉਂਦੇ ਨੇ, ਪਰ ਇਹ ਪਹਿਲਾ ਨਿਹੰਗ ਸਿੰਘ ਹੈ ਜਿਸ ਨੇ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤੀ ਸੀਗੀ। ਸੋ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਲਾਉਂਦੇ ਨੇ। ਜੇਕਰ ਗੱਲ ਕਰੀਏ ਤਾਂ ਗੁਲਾਬ ਪੱਤੀ, ਬਦਾਮ, ਕਾਜੂ, ਹਰੀ ਇਲਾਚੀ, ਮਿਰਚ, ਜੋ ਕਿ ਸਾਡੇ ਸਰੀਰ ਲਈ ਤੰਦਰੁਸਤ ਹੁੰਦੀ ਹੈ, ਤੇ ਜਦ ਇਸ ਨੂੰ ਰਗੜਿਆ ਜਾਂਦਾ ਤਾਂ ਇਸ ਦੀ ਤਸੀਰ ਹੈ ਜਿਹੜੀ ਠੰਡੀ ਹੋ ਜਾਂਦੀ ਹੈ। ਤਾਂ ਖਸਖਸ ਜਾਂ ਹਰੀ ਇਲਾਚੀ ਜਿਹੜਾ ਸਾਡਾ ਪਾਚਨ ਸਿਸਟਮ ਜਿਹੜਾ ਸਹੀ ਕਰਦੀ ਹੈ, ਤਾਂ ਕਾਲੀ ਮਿਰਚ ਜਿਹੜਾ ਸਾਡਾ ਗਲਾ ਸਾਫ਼ ਕਰਦੀ ਹੈ, ਵਾਈ ਨੂੰ ਖਤਮ ਕਰਦੀ ਹੈ ਸਾਡੇ ਸਰੀਰ 'ਚੋਂ, ਦੁੱਧ, ਦੇਸੀ ਸ਼ੱਕਰ ਪਾ ਕੇ ਜਿਹੜਾ ਹੈ ਤਿਆਰ ਕੀਤਾ ਜਾਂਦਾ, ਤਾਂ ਜੋ ਖੰਡ ਵੀ ਨਹੀਂ ਪਾਈ ਜਾਂਦੀ ਕਿ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ। ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਜੋੜੇ ਦੀਆਂ, ਤਾਂ ਕਿਉਂਕਿ ਜਿਸ ਤਰੀਕੇ ਤਿਆਰ ਕੀਤੀ ਜਾਂਦੀ ਹੈ, ਗੱਲਬਾਤ ਵੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸ਼ਨਪ੍ਰੀਤ ਕੌਰ ਖਾਲਸਾ ਜੀ। ਕਿਸ ਤਰੀਕੇ ਸ਼ੁਰੂਆਤ ਹੁੰਦੀ ਹੈ, ਕਿੰਨੇ ਵਜੇ ਸਵੇਰੇ ਉੱਠਦੇ ਹੋ, ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਜੀ ਠੰਡੀ ਮੱਠੀ ਸ਼ਰਦਾਈ? ਜੀ ਆਪਾਂ ਸਵੇਰੇ 3 ਵਜੇ ਉੱਠਦੇ ਹਾਂ, ਇਸ਼ਨਾਨ ਕਰਕੇ ਤੇ ਬਾਣੀ ਪੜ੍ਹ ਕੇ ਪ੍ਰਸ਼ਾਦਾ ਤਿਆਰ ਕਰਕੇ ਫਿਰ ਪੜਾਵਾਂ ਨੂੰ ਚਾਲਾ ਪਾ ਦੇਈ ਜਾਂਦਾ। ਕਿਸ ਤਰੀਕੇ ਤਿਆਰ ਹੁੰਦੀ ਹੈ, ਕੀ ਕੀ ਚੀਜ਼ਾਂ ਵਿੱਚ ਪੈਂਦੀਆਂ ਨੇ ਜੋ ਸਾਡੇ ਸਰੀਰ ਲਈ ਚੰਗੀਆਂ ਹੈਗੀਆਂ? ਇਹਦੇ ਵਿੱਚ ਬਦਾਮ, ਕਾਜੂ, ਖਸਖਸ, ਗੁਲਾਬ ਦੀਆਂ ਪੱਤੀਆਂ, ਸ਼ੱਕਰ, ਦੁੱਧ, ਇਹ ਸਾਰੀਆਂ ਚੀਜ਼ਾਂ ਪਾ ਕੇ ਤਿਆਰ ਹੁੰਦੀ ਹੈ। ਕਾਲੀ ਮਿਰਚ। 3 ਵਜੇ ਉੱਠਦੇ ਹੋ, ਆਰਾਮ ਕਿੰਨੇ ਵਜੇ ਸੋ ਜਾਂਦੇ ਹੋ? ਆਰਾਮ ਮਿਲ ਜਾਂਦਾ ਪੂਰਾ, ਕਿਉਂਕਿ ਜਿਸ ਤਰੀਕੇ ਲੋਕ ਗਰਮੀ ਤੋਂ ਰਾਹਤ ਦੇ ਲਈ ਪਦਾਰਥਾਂ ਵੱਲ ਜਾਂਦੇ ਨੇ, ਜਿਵੇਂ ਕੋਲਡ ਡਰਿੰਕ ਦੀ ਗੱਲ ਕਰਦੇ ਹਾਂ, ਤਾਂ ਉਹ ਸਰੀਰ ਲਈ ਨੁਕਸਾਨਦਾਇਕ ਹੈਗੀ ਆ, ਇਹ ਲੋਕੀ ਪੀਣਗੇ ਤਾਂ ਕੀ ਫਾਇਦੇ ਹੋ ਸਕਦੇ ਨੇ ਸਰੀਰ 'ਚ? ਇਹਦੇ ਸਰੀਰ ਲਈ ਫਾਇਦੇ ਆ, ਜੇ ਆਪਾਂ ਕੋਲਡ ਡਰਿੰਕ ਪੀਂਦੇ ਹਾਂ ਤਾਂ ਨੁਕਸਾਨ ਬਹੁਤ ਜ਼ਿਆਦਾ ਵਾ, ਅਤੇ ਇਹ ਸਰੀਰ ਲਈ ਫਾਇਦੇ ਲੀਵਰ ਦੇ ਲਈ ਬਹੁਤ ਜ਼ਿਆਦਾ ਵਧੀਆ ਵਾ। ਹੋਰ ਵੀ ਆਪਣੇ ਸਰੀਰ ਨੂੰ ਕਈ ਵਾਰੀ ਪਰੇਸ਼ਾਨੀਆਂ, ਆਪਾਂ ਦਿਮਾਗ ਡਿਪਰੈਸ਼ਨ ਵਿੱਚ ਜਾ ਅਪਸੈਟ ਰਹਿੰਦਾ ਵਾ, ਉਹਦੇ ਲਈ ਬਹੁਤ ਵਧੀਆ ਵਾ। ਸੋ ਬਿਲਕੁਲ, ਇੱਕ ਵਾਰ ਤੁਹਾਨੂੰ ਸੁਨਹਿਰੇ ਸਲੋਤਨ ਦੀਆਂ ਵੀ ਤਸਵੀਰਾਂ ਦਿਖਾਉਂਦੇ ਹਾਂ, ਜਿਸ ਦੇ ਵਿੱਚ ਠੰਡੀ ਮਿੱਠੀ ਸ਼ਰਦਾਈ ਰਗੜੀ ਜਾਂਦੀ ਹੈ, ਤਿਆਰ ਕੀਤੀ ਜਾਂਦੀ ਹੈ। ਉਸ ਤੋਂ ਵੀ ਖਾਸ ਕਰ ਗੱਲ ਇਹ ਹੈ ਕਿ ਇਸ ਨੂੰ ਜਿਹੜਾ ਨਿਹੰਗ ਸਿੰਘ ਪੀਂਦੇ ਨੇ ਉਹ ਸਰਬਲੋ ਦੇ ਬਾਟ ਦੇ ਵਿੱਚ ਪੀਂਦੇ ਨੇ, ਕਿਉਂਕਿ ਸਰਬਲੋ ਸਾਡੇ ਪੁਰਾਣੇ ਬਜ਼ੁਰਗ ਵੀ ਵਰਤਦੇ ਆਏ ਨੇ, ਕਿਉਂਕਿ ਸਰਬਲੋ ਦੀ ਜੇਕਰ ਗੱਲ ਕਰੀਏ ਤਾਂ ਉਸਦੇ ਵਿੱਚ ਜਿਹੜੇ ਮਿਨਰਲਸ ਤੱਤ ਜਿਹੜੀ ਚੀਜ਼ ਅਸੀਂ ਖਾਣੀ ਪੀਣੀ ਆ ਉਹ ਬਚ ਜਾਂਦੇ ਨੇ, ਉਹ ਵੱਧ ਜਾਂਦੇ ਨੇ। ਸੋ ਇਹ ਸੁਨਹਿਰੇ ਸਲੋਤਨ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਲਈਏ ਕਿ ਇਸ ਦੇ ਵਿੱਚ ਜਿਹੜੀ ਹੈ ਠੰਡੀ ਮੱਠੀ ਸ਼ਰਦਾਈ ਜਿਹੜੀ ਤਿਆਰ ਕੀਤੀ ਜਾਂਦੀ ਹੈ, ਤਾਂ ਉਹ
ਜਿਸ ਨੂੰ ਆਮ ਭਾਸ਼ਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਫਿਲਹਾਲ ਇਹ ਡੰਡਾ ਲੋਕ ਕਹਿੰਦੇ ਹੋਣਗੇ, ਪਰ ਇਸ ਨੂੰ ਸੁਨਹਿਰਾ ਸਲੋਤਨ ਕਹਿ ਕੇ ਜਿਹੜੀ ਇਸ ਦੇ ਵਿੱਚ ਸਰਦਾਈ ਤਿਆਰ ਕੀਤੀ ਜਾਂਦੀ ਹੈ। ਸੋ ਨਿਆਂਗ ਸਿੰਘ ਹੁਣਾਂ ਨਾਲ ਵੀ ਗੱਲਬਾਤ ਕਰਦੇ ਆ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਨ ਮਹਾਰਾਜ ਜੀ। ਬਾਬਾ ਕੀ ਨਾਮ ਹੈ ਜੀ ਤੁਹਾਡਾ? ਗੁਲਾਬਾ ਸਿੰਘ ਨਿਆਂਗ ਜੀ। ਬਾਬਾ ਕਿਸ ਤਰੀਕੇ ਤਿਆਰ ਕਰਦੇ ਹੋ, ਕਿੰਨਾ ਕੁ ਸਮਾਂ ਲੱਗ ਜਾਂਦਾ ਤਿਆਰ ਕਰਦੇ, ਕੀ ਫਾਇਦੇ ਨੇ, ਕੀ ਪੈਂਦਾ ਜੀ ਇਹਦੇ ਵਿੱਚ? ਦੇਖੋ ਇਹਨੂੰ ਤਿਆਰ ਕਰਦਿਆਂ ਨੂੰ ਰਗੜਨ ਦੇ ਨੂੰ ਅੱਧਾ ਪੌਣਾ ਘੰਟਾ ਇੱਕ ਘੰਟਾ ਲੱਗ ਜਾਂਦਾ ਹੈ ਜੀ। ਇਹਦੇ ਵਿੱਚ ਪਾਉਂਦੇ ਆਪਾਂ ਖਸਖਸ, ਬਦਾਮ, ਕਾਲੀ ਮਿਰਚ, ਹਰੀ ਇਲਾਚੀ, ਸੌਂਫ, ਕਾਜੂ, ਮਗਜ, ਗੁਲਾਬ ਦੇ ਫੁੱਲ ਦੀਆਂ ਪੱਤੀਆਂ, ਸ਼ੱਕਰ, ਦੁੱਧ ਔਰ ਨਿੰਮ ਦੀ ਲੱਕੜ, ਪੱਥਰ, ਲੋਹਾ, ਇਹ ਸਭ ਚੀਜ਼ਾਂ ਪਾ ਕੇ ਜਿਹੜਾ ਇਹ ਸਰਦਾਈ ਤਿਆਰ ਕੀਤੀ ਜਾਂਦੀ ਹੈ। ਜਿਉਂ ਜਿਉਂ ਰਗੜਦੇ ਜਾਂਦੇ ਆ ਉਹ ਤਸੀਰ ਠੰਡੀ ਹੁੰਦੀ ਜਾਂਦੀ ਹੈ। ਸੋ ਜਿਹੜਾ ਇੱਕ ਘੰਟੇ ਦਾ ਸਮਾਂ ਲੱਗਦਾ ਇਸ ਨੂੰ ਤਿਆਰ ਹੁੰਦੇ ਆ, ਉਸ ਨਾਲ ਸਾਡੇ ਸਰੀਰ ਨੂੰ ਕੀ ਫਾਇਦੇ ਹੈਗੇ? ਦੇਖੋ ਜੋ ਸਰੀਰ ਦੇ ਫਾਇਦੇ ਦੇ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਯਾਦਾਸ਼ਤ ਦੇ, ਜੋ ਆਪਣੀ ਯਾਦਾਸ਼ਤ ਆ ਉਹ ਆਪਣੀ ਬਹੁਤ ਘੱਟ ਚੁੱਕੀ ਆ। ਇਹ ਸਰਦਾਈ ਆਪਣੇ ਦਿਮਾਗ ਨੂੰ ਬਹੁਤ ਤੇਜ਼ ਕਰਦੀ ਹੈ, ਤਾਕਤ ਦਿੰਦੀ ਆ ਔਰ ਯਾਦਾਂ ਬਹੁਤ ਤੇਜ਼ ਹੁੰਦੀ ਆ ਔਰ ਹੱਡੀਆਂ ਦੇ ਕੈਲਸ਼ੀਅਮ ਹੁੰਦੀ ਜੋ ਅੱਜ ਕੱਲ੍ਹ ਹੱਡੀਆਂ ਦੇ ਜਿਹੜੇ ਆਪਾਂ ਕਹਿੰਦੇ ਵੀ ਕੈਲਸ਼ੀਅਮ ਦੀ ਕਮੀ ਹੋ ਗਈ, ਹੱਡੀਆਂ ਦੇ ਜੋੜ ਲੁਕਦੇ ਆਪਣੇ, ਹੱਡੀਆਂ ਦੇ ਕੈਲਸ਼ੀਅਮ ਪੂਰੇ ਕਰਦੀ ਆ ਔਰ ਵਾਈ ਨੂੰ ਖਤਮ ਕਰਕੇ ਜੋੜਾਂ ਦੇ ਦਰਦ ਦੂਰ ਕਰਦੀ ਆ ਔਰ ਲੀਵਰ ਦੀ ਗਰਮੀ ਕਹਿ ਲਈਏ ਕੁੱਲ ਮਿਲਾ ਕੇ 100 ਰੋਗਾਂ ਦੀ ਇੱਕ ਦਵਾਈ ਗੁਰੂ ਸਾਹਿਬ ਸਾਨੂੰ ਦੇ ਕਹਿ ਸਕਦੇ ਹਾਂ। ਜਿਵੇਂ ਨਿਹੰਗ ਸਿੰਘ ਜੰਗ ਯੁੱਧ ਕਰਨ ਲੱਗਿਆ ਸ਼ਰਧਾਈਆਂ ਤਿਆਰ ਕਰਦੇ ਹੁੰਦੇ ਸੀਗੇ, ਉਹ ਜਿਵੇਂ ਭਲਵਾਨਾਂ ਦੀ ਸਿਹਤ ਦਾ ਰਾਜ ਹੈਗਾ ਸ਼ਰਧਾਈ, ਤਾਂ ਆਮ ਲੋਕੀ ਵੀ ਇਸ ਨੂੰ ਛੱਕ ਕੇ ਆਪਣੀ ਸਿਹਤ ਸਹੀ ਕਰ ਸਕਦੇ ਨੇ, ਨਾਲੇ ਗਰਮੀ ਤੋਂ ਵੀ ਰਾਹਤ ਪਾ ਸਕਦੇ ਨੇ। ਦੇਖੋ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਉਹਨਾਂ ਨੇ ਜਿਹੜਾ ਇਹ ਚਿੰਨੀਆਂ ਲਵਾਈਆਂ ਸੀ, ਅਖਾੜੇ ਲਵਾਏ ਸੀਗੇ, ਜਿਹੜੀ ਕੋਲ ਕਬੱਡੀ ਜਿਹੜੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਦੀ ਧਰਤੀ 'ਤੇ ਸ਼ੁਰੂ ਕਰਵਾਈ ਸੀਗੀ। ਉਦੋਂ ਤੋਂ ਇਹ ਜਿਹੜੀਆਂ ਖੁਰਾਕਾਂ ਜਿਹੜੀਆਂ ਵਾ ਇਹ ਚੱਲਦੀਆਂ ਆ ਰਹੀਆਂ ਨੇ, ਗੁਰੂ ਸਾਹਿਬ ਨੇ ਇਹਨੇ ਬਖਸ਼ੀਆਂ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਜਿਹੜੀ ਖੁਰਾਕ ਆ ਇਹ ਮਿਸ਼ਰਨ ਜਿਹੜਾ ਬਖਸ਼ ਕੇ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਵਾ ਇਹ ਤਿਆਰ ਕਰਕੇ, ਜਿਹੜੀ ਜਦੋਂ ਭਲਵਾਨ ਲੜਦਾ ਆ ਅਤੇ ਲੜਦਾ ਨਹੀਂ ਕੋਲ ਕਰਦਾ ਆ, ਜੇ ਕੋਲ ਕਰਨ ਵਾਸਤੇ ਤਾਕਤ ਚਾਹੀਦੀ ਸਰੀਰ ਦੇ ਵਿੱਚ, ਤਾਕਤ ਵਾਸਤੇ ਗੁਰੂ ਸਾਹਿਬ ਨੇ ਪਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਤਾਕਤ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਇਹਨਾਂ ਨੂੰ ਫਿਰ ਇੱਕ ਲਾਲ ਪੱਤਰ ਔਰ ਨਿੰਮ ਦੀ ਲੱਕੜ ਦੇ ਨਾਲ ਰਗੜਾ ਲਾ ਕੇ ਤਿਆਰ ਕਰਕੇ, ਸ਼ਰਦਾਈਆਂ ਤਿਆਰ ਕਰਕੇ ਜਿਹੜਾ ਵਾ ਕਿ ਤਾਕਤਦਾਰ ਆ ਜਿਹੜਾ ਗੁਰੂ ਅੰਗਦ ਦੇਵ ਲਾਲ ਪੱਥਰ ਜਾਂ ਨਿੰਮ ਦੀ ਲੱਕੜ ਦੀ ਗੱਲ ਕਰੀਏ, ਇਹਦੀ ਕੀ ਖਾਸੀਅਤ ਹੈ, ਕੀ ਖਾਸ ਤੌਰ ਤੇ ਇਹਨੂੰ ਹੀ ਵਰਤਿਆ ਜਾਂਦਾ ਜੀ? ਕਿਉਂ ਜੀ, ਲਾਲ ਪੱਥਰ ਹੈ ਇਹ ਸਰਲੋ ਦਾ ਕੰਮ ਕਰਦਾ ਆ, ਆਇਰਨ ਦੀ ਕਮੀ ਪੂਰੀ ਕਰਦਾ ਆ, ਇਹ ਠੰਡਕ ਹੁੰਦਾ ਵਾ। ਜੇ ਇਹ ਦਵਾਈ ਤਿਆਰ ਕਰਾਂਗੇ, ਇਹ ਦਵਾਈ ਦਾ ਫਾਇਦਾ ਤਾਂ ਮਤਲਬ ਦਵਾਈ ਤਿਆਰ ਤਾਂ ਹੋਊਗੀ ਕਿ ਜੇ ਇਹ ਸਹੀ ਭਾਂਡੇ ਵਿੱਚ ਬਣਾਈ ਜਾਵੇ। ਉਹ ਦਵਾਈ ਜਿਹੜੀ ਆ ਇਹ ਲਾਲ ਪੱਥਰ ਭਾਂਡਾ ਜਿਹੜਾ ਵਾ ਲਾਲ ਪੱਥਰ ਹੀ ਆ, ਔਰ ਜੋ ਨਿੰਮ ਇਹ ਖੂਨ ਨੂੰ ਜਿਹੜਾ ਸਾਫ਼ ਕਰਦਾ ਆ ਔਰ ਹੋਰ ਅਨੇਕਾਂ ਬਿਮਾਰੀਆਂ ਜਿਹੜੀਆਂ ਖੂਨ ਦੇ ਵਿੱਚ ਕੀਟਾਣੂ ਜਿਹੜੇ ਆ ਇਹ ਮਾੜੇ ਕੀਟਾਣੂ ਮਾਰ ਕੇ ਸਹੀ ਕੀਟਾਣੂ ਪੈਦਾ ਕਰਦਾ ਨਿੰਮ ਦੀ ਲੱਕੜ। ਜੇਕਰ ਗੱਲ ਕਰੀਏ ਗਰਮੀ ਤੋਂ ਰਾਹਤ ਦੇ ਲਈ ਨਿੰਬੂ ਪਾਣੀ ਵੀ ਹੈਗਾ ਜਾਂ ਹੋਰ ਕੋਲਡ ਡਰਿੰਕ ਜਾਂ ਜਿਵੇਂ ਅੱਜ ਕੱਲ੍ਹ ਪਦਾਰਥ ਆ ਚੁੱਕੇ ਨੇ ਸੌਫਟ ਡਰਿੰਕਸ ਦੀ ਗੱਲ ਕਰਦੇ ਹਾਂ ਤਾਂ ਸਰੀਰ ਨੂੰ ਕਾਫ਼ੀ ਨੁਕਸਾਨ ਦਿੰਦੀਆਂ ਨੇ, ਪਰ ਕੀ ਲੱਗਦਾ ਕਿ ਆਪਣੇ ਪੰਜਾਬੀ ਜਾਂ ਭਾਰਤ ਦਾ ਕੋਈ ਵੀ ਜਿੰਨਾ ਕੋਈ ਸਵਾਦ ਹੈਗੇ ਨੇ ਸ਼ਰਧਾਈਆਂ ਵਰਗੇ ਉਹਨੂੰ ਛੱਡ ਕੇ ਉਸ ਚੀਜ਼ਾਂ ਵੱਲ ਜਾ ਰਿਹਾ, ਕੀ ਲੱਗਦਾ 10 ਮਿੰਟ ਦੇ ਸਵਾਦ ਦੇ ਲਈ ਕੋਲਡ ਡਰਿੰਕ ਦੇ ਆਪਣੇ ਸਰੀਰ ਨੂੰ ਨੁਕਸਾਨ ਦੇਣਾ ਚੰਗੀ ਗੱਲ ਹੈ ਜੀ? ਬਹੁਤ ਮਾੜੀ ਗੱਲ ਹੈ ਜੀ। ਇਹ ਚੀਜ਼ ਤਾਂ ਬੰਦੂ ਤਾਂ ਹੋ ਗਏ ਹਾਂ ਕਿ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ, ਕਿ ਮਿਹਨਤ ਮੰਗਦੀ ਆ ਔਰ ਮਹਿੰਗੀ ਚੀਜ਼ ਆ, ਇੱਕ ਖਰਚਾ, ਦੂਜਾ ਸਰੀਰ ਦੀ ਜਿਹੜੀ ਆ ਇਹ ਟਾਈਮ ਮੰਗਦੀ ਆ ਅਤੇ ਇੱਕ ਮਿਹਨਤ ਮੰਗਦੀ ਆ। ਤਾਂ ਜੇ ਆਪਾਂ ਮਿਹਨਤ ਲਾ ਲਾਂਗੇ, ਟਾਈਮ ਦੇ ਲਾਂਗੇ ਤਾਂ ਆਪਾਂ ਤੰਦਰੁਸਤ ਰਵਾਂਗੇ, ਤਾਂ ਜੇ ਆਪਾਂ ਟਾਈਮਿੰਗ ਨਹੀਂ ਦੇਵਾਂਗੇ ਤਾਂ ਆਪਾਂ ਜੇ ਚੁਕਾਵਾਂਗੇ ਵੀ ਖਰਚੇ ਤੋਂ ਵੀ ਬਚ ਜਾਈਏ ਅਤੇ ਆਪਾਂ ਹੋਰ ਚੀਜ਼ਾਂ ਖਾਵਾਂ ਪੀਵਾਂਗੇ ਤਾਂ ਫਿਰ ਆਪਣਾ ਜਿਹੜਾ ਸਰੀਰ ਦਾ ਜਿਹੜਾ ਉਹ ਨੁਕਸਾਨ ਹੋਊਗਾ। ਅੱਛਾ, ਨਿਹੰਗ ਸਿੰਘ ਦੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਾਂ ਉਹਨਾਂ ਦੇ
ਧਰਮ ਪਤਨੀ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਤਿਆਰ ਬਰ ਤਿਆਰ ਸਿੰਘ ਗੁਰੂ ਦੀਆਂ ਲਾੜੀਆਂ ਫੌਜਾਂ ਤਿਆਰ ਬਰ ਤਿਆਰ ਇੱਥੇ ਬੈਠੇ ਨੇ। ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਧਰਮ ਪਤਨੀ ਜਾਂ ਨਿਹੰਗ ਸਿੰਘ ਹੋਣਾ ਦੀ ਗੱਲ ਕਰ ਲਈਏ ਤਾਂ ਤਿਆਰ ਬਰ ਤਿਆਰ ਬੈਠੇ ਨੇ। ਤਾਂ ਨਿਹੰਗ ਗੁਲਾਬ ਸਿੰਘ ਹੁਣਾਂ ਕੋਲ ਇੱਕ ਸਵਾਲ ਪੁੱਛਦੇ ਆ, ਬਾਬਾ ਜੀ ਜਿਵੇਂ ਅਸੀਂ ਰਗੜਦੇ ਹਾਂ ਸਾਡੇ ਸਰੀਰ ਦੀ ਵੀ ਐਕਸਰਸਾਈਜ਼ ਹੁੰਦੀ ਆ, ਸਾਡੇ ਸਰੀਰ ਦਾ ਵੀ ਜ਼ੋਰ ਲੱਗਦਾ, ਸੋ ਕੀ ਲੱਗਦਾ ਲੋਕ ਘਰੇ ਵੀ ਇਹ ਤਿਆਰ ਕਰ ਸਕਦੇ ਨੇ ਜਾਂ ਸਰੀਰ ਦਾ ਕਿਹੜੇ ਕਿਹੜੇ ਜ਼ੋਰ ਨਾਲ ਕੀ ਫਾਇਦਾ ਹੋ ਸਕਦਾ? ਦੇਖੋ ਇਹ ਹਰ ਕੋਈ ਤਿਆਰ ਕਰ ਸਕਦਾ ਆ, ਇਹਦੇ ਵਿੱਚ ਨੌਜਵਾਨੀ ਜਿਹੜੀ ਆ ਇਹ ਤਾਂ ਆਪਣੇ ਦਲਬੰਦਾਂ ਦੇ ਵਿੱਚ ਵੇਖੋ 60-70-80 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਰਗੜੇ ਲਾਉਂਦੇ ਆ, ਇਹ ਅੱਜ ਦੀ ਪੀੜ੍ਹੀ ਨੂੰ ਜਿਹੜਾ ਵਾ ਇਹ ਰਗੜੇ ਲਾਉਣੇ ਚਾਹੀਦੇ ਆ, ਆਮ ਰਗੜੇ ਲਾਉਣੇ ਚਾਹੀਦੇ ਆ, ਬਾਹਾਂ ਦਾ ਜ਼ੋਰ ਲੱਗਦਾ ਆ, ਉਂਗਲਾਂ ਸਰੀਰ ਦੀਆਂ ਸਾਰੀਆਂ ਨਸਾਂ ਤੱਕ ਜਿਹੜੀਆਂ ਆ ਛਾਣਾ ਲਾਉਣ ਲੱਗਿਆਂ ਰਗੜਾ ਲਾਉਣ ਲੱਗਿਆਂ ਸਾਰਾ ਸਰੀਰ ਜਿਹੜਾ ਆ ਰੂਮ ਰੂਮ ਖੁੱਲਦਾ ਆ, ਔਰ ਨਾਲ ਦੀ ਨਾਲ ਇਹ ਜਦੋਂ ਪੀਂਦੇ ਆ ਨਾਲ ਤਾਕਤ ਮਿਲਦੀ ਆ। ਅੱਛਾ ਬਾਬਾ ਜੀ ਸ਼ੁਰੂ ਤਾਂ ਕੀਤਾ ਪਰ ਦਿਮਾਗ 'ਚ ਕਿਵੇਂ ਆਇਆ ਸੀਗਾ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਸ਼ੁਰੂ ਕੀਤਾ ਸੀਗਾ, ਜਾਂ ਜੇਕਰ ਗੱਲ ਕਰੀਏ ਤਾਂ ਤਿਆਰ ਬਰ ਤਿਆਰ ਸਿੰਘ ਬਣ ਕੇ ਤੁਸੀਂ ਸ਼ੁਰੂ ਕੀਤਾ ਹੋਇਆ ਜੀ? ਹਲੇ ਜੀ ਪੂਰੀਗੜ ਦੇਖੋ ਇਹ ਬਾਬਾ ਅਵਤਾਰ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਦਲ ਬਾਬਾ ਵਿਧੀ ਚੰਦ ਸਾਹਿਬ ਜੀ, ਇਹ ਆਪਾਂ ਨੂੰ ਉਹਨਾਂ ਨੇ ਉਹ ਕੀਤਾ ਸੀਗਾ, ਉਹ ਕਹਿੰਦੇ ਕੀ ਬਿਲਕੁਲ ਇੱਕ ਵਾਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸ਼ਰਦਾਈ ਤਿਆਰ ਕਰ ਦਿੱਤੀ ਜਾਂਦੀ ਆ ਉਸਨੂੰ ਛਾਣ ਕੇ ਜਿਹੜਾ ਬਰਫ਼ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਤਾਂ ਤਸੀਰ ਵੀ ਠੰਡੀ ਆ, ਉੱਤੋਂ ਲੋਕ ਇਸ ਦਾ ਫਾਇਦਾ ਵੀ ਲੈ ਸਕਦੇ ਨੇ, ਕਿਉਂਕਿ ਇਸ ਦੇ ਵਿੱਚ ਜਿਵੇਂ ਜੇਕਰ ਇਹ ਤੁਹਾਨੂੰ ਤਸਵੀਰ ਦਿਖਾਈਏ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਰਨਾ ਦਲ ਸਰਬਲੋਹ ਦੀ ਠੰਡੀ ਸ਼ਰਦਾਈ, ਸਰਬਲੋਹ ਦਾ ਖਾਸ ਮਤਲਬ ਖਾਸ ਤੱਤ ਸਾਡੇ ਬਜ਼ੁਰਗ ਵੀ ਇਹੀ ਦੱਸਦੇ ਆਏ ਨੇ ਕਿ ਇਸ ਦੇ ਵਿੱਚੋਂ ਜਿਹੜੀ ਸਾਨੂੰ ਆਇਰਨ ਦੀ ਕਮੀ ਹੈ ਉਹ ਸਾਡੇ ਸਰੀਰ 'ਚ ਪੂਰੀ ਹੁੰਦੀ ਹੈ। ਤਾਂ ਖਸਖਸ, ਬਦਾਮ, ਕਾਜੂ, ਮਗਜ਼, ਹਰੀ ਇਲਾਇਚੀ, ਕਾਲੀ ਮਿਰਚ, ਗੁਲਾਬ ਦੀਆਂ ਪੱਤੀਆਂ, ਦੁੱਧ, ਦੇਸੀ ਸ਼ੱਕਰ ਜੇਕਰ ਗੱਲ ਕਰੀਏ ਤਾਂ ਵਰਤੀ ਜਾਂਦੀ ਆ। ਤਾਂ ਇਹ ਅੰਮ੍ਰਿਤਸਰ ਦਾ ਨਿਹੰਗ ਸਿੰਘ ਦਾ ਜੋੜਾ ਤੁਹਾਨੂੰ ਮਿਲਾਇਆ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲੇ ਸ਼ਰਧਾਈ ਸ਼ੁਰੂ ਕੀਤੀ ਹੈ, ਸੋ ਸਾਨੂੰ ਵੀ ਚਾਹੀਦਾ ਜੇਕਰ ਸਾਡੇ ਕੋਲ ਇਸ ਤਰੀਕੇ ਦੀਆਂ ਡਿਸ਼ਿਜ਼ ਹੈਗੀਆਂ ਨੇ, ਸਾਡੇ ਕੋਲ ਇਸ ਤਰੀਕੇ ਦੇ ਸਵਾਦ ਹੈਗੇ ਨੇ, ਤਾਂ ਅਸੀਂ ਕੋਲਡ ਡਰਿੰਕ ਛੱਡ ਕੇ ਸੋਫਟ ਡਰਿੰਕ ਛੱਡ ਕੇ ਇਸ ਚੀਜ਼ਾਂ ਵੱਲ ਲਈਏ ਤਾਂ ਜੋ ਸਾਡੇ ਸਰੀਰ ਨੂੰ ਵੀ ਫਾਇਦਾ ਮਿਲ ਸਕੇ ਅਤੇ ਸਾਡਾ ਸਰੀਰ ਤੰਦਰੁਸਤ ਵੀ ਰਹੇਗਾ, ਅਤੇ ਜੇਕਰ ਲੋਕ ਘਰੇ ਖੁਦ ਰਗੜਾ ਲਾ ਕੇ ਤਿਆਰ ਕਰਦੇ ਨੇ ਤਾਂ ਉਹਨਾਂ ਦੀ ਸਰੀਰ ਦੀ ਐਕਸਰਸਾਈਜ਼ ਵੀ ਹੁੰਦੀ ਹੈ। ਸੋ ਗੱਲਬਾਤ ਵੀ ਕਰਦੇ ਹਾਂ ਵੀ ਕਿਸ ਤਰੀਕੇ ਦੇ ਇਹਨਾਂ ਦੇ ਸਵਾਦ ਨੇ। ਕੀ ਨਾਮ ਹੈ ਭਾਈ ਸਾਹਿਬ ਤੁਹਾਡਾ? ਅਮਨਦੀਪ। ਜੀ ਕਿਵੇਂ ਲੱਗਦਾ ਸ਼ਰਦਾਈ ਪੀਤੀ ਹੈ, ਕੀ ਫਾਇਦੇ ਨੇ, ਕਿਵੇਂ ਦਾ ਸਵਾਦ ਹੈਗਾ ਜੀ? ਹਾਂਜੀ ਬਹੁਤ ਵਧੀਆ ਸਵਾਦ ਜੀ। ਕੀ ਫਾਇਦੇ ਹੋ ਸਕਦੇ ਨੇ? ਫਾਇਦੇ ਪੀ ਕੇ ਭਾਜੀ એનર્ਜੀ ਬਹੁਤ ਆਉਂਦੀ ਆ, ਆਪਾਂ ਤਾਂ ਜਦੋਂ ਅੰਮ੍ਰਿਤਸਰ ਆਈਦਾ ਇੱਥੋਂ ਪੀ ਕੇ ਜਾਈਦਾ। ਅੰਮ੍ਰਿਤਸਰ ਸਪੈਸ਼ਲ ਆਉਂਦੇ ਹੋ ਜੀ ਪੀਣ ਦੇ ਲਈ? ਚਲੋ ਸਪੈਸ਼ਲ ਨਹੀਂ ਕਹਿ ਸਕਦੇ, ਆਪਾਂ ਜਦੋਂ ਵੀ ਅੰਮ੍ਰਿਤਸਰ ਆਈਏ ਉਦੋਂ ਪੀ ਕੇ ਜਾਈਦਾ। ਅੱਛਾ ਅੱਜ ਕੱਲ੍ਹ ਲੋਕ ਕੋਲਡ ਡਰਿੰਕ ਬੜੀ ਪੀਣ ਲੱਗ ਗਏ ਨੇ ਜੋ ਕਿ ਸਾਡੇ ਸਰੀਰ ਲਈ ਬਿਲਕੁਲ ਕੈਮੀਕਲ ਹੈ, ਨੁਕਸਾਨ ਹੈ, ਸੋ ਕੀ ਕਹਿਣਾ ਚਾਹੁੰਦੇ ਹੋ ਕਿ ਜੇਕਰ ਸਾਡੇ ਪੰਜਾਬੀਆਂ ਕੋਲ ਇਹ ਚੀਜ਼ਾਂ ਹੈਗੀਆਂ ਨੇ, ਪਹਿਲਵਾਨਾਂ ਦੀ ਸਿਹਤ ਦਾ ਰਾਜ ਹੈ, ਨਿਹੰਗ ਸਿੰਘਾਂ ਦੀ ਸਿਹਤ ਦਾ ਰਾਜ ਹੈ, ਸੋ ਸਾਨੂੰ ਇਹ ਚੀਜ਼ਾਂ ਛਕਣੀਆਂ ਚਾਹੀਦੀਆਂ ਨੇ? ਬਹੁਤ ਜ਼ਰੂਰੀ ਆ ਜੀ, ਬਹੁਤ ਛਕਣੀਆਂ ਚਾਹੀਦੀਆਂ ਵਾ, ਕਿਉਂਕਿ ਉਹ ਕੈਮੀਕਲ ਪੀ ਕੇ ਆਪਣੀ ਸਿਹਤ ਨੂੰ ਨੁਕਸਾਨ ਹੀ ਆ, ਇਹਦਾ ਕੋਈ ਨੁਕਸਾਨ ਨਹੀਂ, ਇਹਦੇ ਨਾਲ ਆਪਾਂ ਨੂੰ ਕੋਈ ਫਾਇਦਾ ਹੀ ਹੋਊਗਾ। ਧੰਨਵਾਦ ਜੀ। ਤਾਂ ਬਿਲਕੁਲ ਇਹ ਨਿਹੰਗ ਸਿੰਘ ਜੋੜੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ, ਅੰਮ੍ਰਿਤਸਰ ਦੇ ਵਿੱਚ ਪਹਿਲਾ ਨਿਹੰਗ ਸਿੰਘ ਜਿਨ੍ਹਾਂ ਨੇ ਇਹ ਸ਼ਰਧਾਈ ਸ਼ੁਰੂ ਕੀਤੀ ਸੀ। ਜੇਕਰ ਗੱਲ ਕਰੀਏ ਤਾਂ ਇੱਥੇ ਲੋਕ ਕੰਪਨੀ ਬਾਗ ਜਿਵੇਂ ਸੈਰ ਕਰਨ ਲਈ ਆਉਂਦੇ ਨੇ ਤਾਂ ਉੱਥੇ ਹੀ ਲੋਕ ਆਪਣੀ ਸਿਹਤ ਦਾ ਖਿਆਲ ਰੱਖਦੇ ਨੇ, ਦੂਜੇ ਪਾਸੇ ਸ਼ਰਧਾਈ ਛੱਕ ਕੇ ਆਪਣੀ ਸਿਹਤ ਨੂੰ ਫਾਇਦੇਮੰਦ ਵੀ ਬਣਾਉਂਦੇ ਨੇ ਅਤੇ ਗਰਮੀ ਤੋਂ ਰਾਹਤ ਵੀ ਪਾਉਂਦੇ ਨੇ, ਕਿਉਂਕਿ ਜਿਸ ਤਰੀਕੇ ਇਸ ਦੇ ਵਿੱਚ ਡਰਾਈ ਫਰੂਟ ਪੈਂਦਾ ਜਾਂ ਇਲਾਚੀ ਜਾਂ ਕਾਲੀ ਮਿਰਚ ਦੀ ਗੱਲ ਕਰ ਲਈਏ ਜੋ ਸਾਡੇ ਸਰੀਰ 'ਚੋਂ ਵਾਈ ਖਤਮ ਕਰਦੀ ਹੈ, ਸਾਡੇ ਸਰੀਰ ਨੂੰ ਕਾਫੀਆਂ ਚੰਗੀਆਂ ਚੀਜ਼ਾਂ ਮਿਲਦੀਆਂ ਨੇ। ਹਾਲਾਂਕਿ ਅਸੀਂ ਸੌਫਟ ਡਰਿੰਕਸ, ਕੋਲਡ ਡਰਿੰਕ ਨੂੰ ਛੱਡ ਕੇ ਜੇਕਰ ਇਸ ਚੀਜ਼ਾਂ ਵੱਲ ਆਈਏ ਸਾਡੇ ਕੋਲ ਸਾਡੀਆਂ ਬਹੁਤ ਐਸੇ ਸਵਾਦ ਹੈਗੇ ਨੇ ਜਿਸ ਕਾਰਨ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਜੁੜ ਰਹੋ ਜ਼ੂਮ ਪੰਜਾਬੀ ਦੇ ਲਈ, ਮੈਂ ਦਮਨਦੀਪ ਸਿੰਘ ਅੰਮ੍ਰਿਤਸਰ।